ਭਾਰਤ ਪਾਕਿਸਤਾਨ 1971 ਦੀ ਜੰਗ ਨੂੰ ਅੱਜ 52 ਵਰੇ ਪੂਰੇ ਹੋਣ ਨੂੰ ਹੋਣ ਨੂੰ ਆ ਗਏ ਹਨ ਤੇ ਇਨ੍ਹਾਂ 52 ਵਰਿਆਂ ਦੇ ਅੰਦਰ ਉਸ ਦਰਦ ਨੂੰ ਬਿਆਨ ਕਰਦੇ ਉਹ ਜੰਗੀ ਕੈਦੀ ਅੱਜ ਵੀ ਮੌਜੂਦ ਹਨ ਜੋ ਇਸ ਜੰਗ ਦੇ ਦੌਰਾਨ ਪਾਕਿਸਤਾਨ ਵੱਲੋਂ ਕੈਦੀ ਕੈਦ ਵਿੱਚ ਚਲੇ ਗਏ ਸਨ ਇੱਕ ਵਰੇ ਦੀ ਕੈਦ ਕੱਟਣ ਤੋਂ ਬਾਅਦ ਜਿਹੜੀ ਇਹ ਉਹਨਾਂ ਦੀ ਜਿਹੜੀ ਘਰ ਵਾਪਸੀ ਹੋਈ ਸੀ ਪਰ ਉਸ ਸਮੇਂ ਦੇ ਹਾਲਾਤ ਕੀ ਸੀ ਉਸ ਸਮੇਂ ਦਾ ਦਰਦ ਕੀ ਸੀਗਾ ਉਸ ਸਮੇਂ ਦੇ ਅੰਦਰ ਜੋ ਇਸ ਇਲਾਕੇ ਦੇ ਅੰਦਰ ਕਿਹਾ ਜਾਂਦਾ ਹੈ ਕਿ 1971 ਦੀ ਜੰਗ ਜਿਹੜੀ ਹੈ ਭਾਰਤ ਪਾਕਿਸਤਾਨ ਦੇ ਅੰਦਰ ਜੁੜਾ ਇਲਾਕੇ ਜਿਹੜਾ ਸੀਗਾ ਪਾਕਿਸਤਾਨ ਵੱਲੋਂ ਫਾਜ਼ਿਲਕਾ ਦਾ ਕਈ ਇਲਾਕਾ ਜਿਹੜਾ ਹੱਲੇ ਹੱਲੇ ਦੇ ਅੰਦਰ ਹੀ ਜਿਹੜਾ ਆਪਣੇ ਕਬਜ਼ੇ ਦੇ ਅੰਦਰ ਲੈ ਲਿਆ ਸੀਗਾ ਤੇ ਇੱਥੋਂ ਦੇ ਵਸਿੰਦਿਆਂ ਨੂੰ ਆਪਣੀ ਕੈਦ ਵਿੱਚ ਕਰ ਲਿਆ ਸੀਗਾ ਇਸ ਜਿਹੜੀ ਜੰਗ ਦੀ ਜਿਹੜੀ ਦਾਸਤਾ ਨੇ ਇਹ ਜਿਹੜਾ ਦਰਦ ਹੈ ਅੱਜ ਵੀ ਲੋਕਾਂ ਦੇ ਦਿਲਾਂ ਦੇ ਅੰਦਰ ਮੌਜੂਦ ਹੈ ਉਸ ਦਰਦ ਨੂੰ ਜਿਹੜੀ ਇਹ ਅੱਜ ਵੀ ਉਹ ਆਪਣੇ ਦਿਲਾਂ ਦੇ ਅੰਦਰ ਸਾਂਭੇ ਬੈਠੇ ਨੇ ਉਹਨਾਂ ਪਰਿਵਾਰਾਂ ਦੇ ਘਰ ਦੇ ਅੰਦਰ ਅੱਜ న్యూਸ 18 ਪਹੁੰਚਿਆ ਹੈ ਗਰਾਊਂਡ ਜ਼ੀਰੋ ਤੇ ਅਸੀਂ ਪਹੁੰਚੇ ਹਾਂ ਉਹਨਾਂ ਪਰਿਵਾਰਾਂ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਅੱਖੀ ਇਸ ਜੰਗ ਨੂੰ ਵੇਖਿਆ ਸੀਗਾ ਇਸ ਇਲਾਕੇ ਦੇ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਸਾਡੇ ਨਾਲ ਜਿਹੜੇ ਅਸੀਂ ਕਸ਼ਮੀਰ ਸਿੰਘ ਦੇ ਘਰ ਦੇ ਅੰਦਰ ਮੌਜੂਦ ਆ ਸਰਦੀ ਪਿੰਡ ਬਖੂਸ਼ਾ ਦਾ ਇਲਾਕਾ ਹੈ ਫਾਜ਼ਿਲਕਾ ਦਾ ਇਲਾਕਾ ਹੈ ਪਿੰਡ ਸਰਦੀ ਪਿੰਡ ਜਿਸ ਕਹੇ ਜਾਂਦਾ ਹੈ ਕਿ ਇਹਨਾਂ ਨੇ ਜਿਹੜਾ ਇੱਕ ਬੇਟਾ ਜਿਹੜਾ ਪਾਕਿਸਤਾਨ ਦੇ ਅੰਦਰ ਇਸ ਦੌਰਾਨ ਜਿਹੜਾ 1971 ਦੀ ਬੰਦੀ ਦੇ ਦੌਰਾਨ ਜਿਹੜੇ ਇਹ ਪੈਦਾ ਹੋਇਆ ਸੀਗਾ ਤੇ ਅੱਜ 38 ਵਰਿਆਂ ਬਾਅਦ ਜਿਹੜੀ ਉਸ ਦੀ ਮੌਤ ਹੋ ਜਾਂਦੀ ਹੈ ਕੈਂਸਰ ਦੇ ਕਾਰਨ ਇੱਕ ਬਿਮਾਰੀ ਦੇ ਕਾਰਨ ਜਿਹੜਾ ਕਿਹਾ ਜਾ ਰਿਹਾ ਕਿ ਮੌਤ ਹੋ ਜਾਂਦੀ ਹੈ ਪਰ 1971 ਦੀ ਜੰਗ ਦਾ ਜਿਹੜਾ ਦਰਦ ਹੈ ਅੱਜ ਵੀ ਜਿਹੜਾ ਉਸ ਦੇ ਪਿਤਾ ਕਸ਼ਮੀਰ ਸਿੰਘ ਆਪਣੇ ਦਿਲ ਦੇ ਅੰਦਰ ਸਮਾ ਕੇ ਬੈਠੇ ਨੇ ਉਹਨਾਂ ਦੀ ਮਾਤਾ ਜਿਹੜੀ ਇਸ ਦਰਦ ਨੂੰ ਨਹੀਂ ਪੁੱਲ ਪਾਂਦੀ ਪਿੰਡ ਵਾਸੀ ਜਿਹੜੇ ਇਲਾਕੇ ਦੇ ਅੰਦਰ ਉਸ ਦੌਰਾਨ ਬੰਦੀ ਬਣੇ ਬਣਾਏ ਗਏ ਸਨ ਕਿ ਕਿਸ ਤਰ੍ਹਾਂ ਦੇ ਨੇ ਉਹ ਅੱਜ ਵੀ ਉਹ ਜਿਹੜੀ ਟੀਸੇ ਮੌਜੂਦ ਹੈ ਇਹਨਾਂ ਪਰਿਵਾਰਾਂ ਦੇ ਨਾਲ ਗੱਲ ਕਰਦੇ ਆ ਮਤਾਈ ਕੀ ਨਾ ਜੀ ਆਪਣਾ ਕਹਿੰਦੇ ਜਿਹੜਾ ਮੁੰਡੇ ਦਾ ਜਨਮ ਤੁਹਾਡਾ ਜੇਲ੍ਹ ਵਿੱਚ ਹੋਇਆ ਸੀਗਾ ਹਾਂ ਜੀ ਹਸਪਤਾਲ ਹੋਇਆ ਸੀ ਉਸ ਸਾਈ ਵਾਲਾ ਸਾਈ ਵਾਲੋ ਆਸੀ ਤੇ ਉੱਥੇ ਮੁਰ ਬਨਵੇਂ ਦੇ ਸੰਨ ਮੁਰੋ ਤੇ ਆਪੜਾਇਆ ਨੇ ਦੁਜੇ ਬਾਕੇ ਇਹ ਹਲਾਤ ਕਿਸ ਤਰ੍ਹਾਂ ਦੇ ਸੀ ਜਦੋਂ ਜੰਗ ਲੱਗੀ ਤਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਪਰ ਬੈੜਾ ਹੀ ਗਿਆ ਸਾਡੇ ਹਲਾਤ ਤਾਂ ਬੈੜਾ ਹੀ ਗਿਆ ਹਾਂ ਹਨਾਤ ਬੱਚਾ ਮੇਰਾ ਵਣਾੜਾ ਤੇ ਮੁਰ ਸੰਤਾਂ ਲਾਇਆ ਗਿਆ ਉੱਥੇ ਸਾਈ ਵਾਲ ਤੇ ਉੱਥੇ ਮੇਰਾ ਮੁੰਡਾ ਹੋਇਆ ਸੀ ਆ ਮੋਕ ਗਿਆ ਜਿਹੜਾ ਹੋਰ ਹਾਲਾ ਉਹ ਨਾ ਗੰਦੀ ਬਿਮਾਰੀ ਨਿਕਲੀ ਆਈ ਤਮੋ ਕਾ ਗਿਆ ਜਦੋਂ ਕੈ ਕੈਦੇ ਸੀਗੇ ਉਦੋਂ ਕੀ ਮੰਨੇ ਸੀਗਾ ਜਦੋਂ ਇਹ ਜੰਗ ਲੱਗੀ ਉਦੋਂ ਤੁਸੀਂ ਕਿੱਥੇ ਸੀਗੇ ਕੀ ਕਰ ਰਹੇ ਸੀ ਅਸੀਂ ਉੱਥੇ ਹੀ ਸੀ ਸਾਈ ਬਾੜੀ ਇਹ ਜਦੋਂ ਭਾਈ ਇੰਡੀਆ ਹਾਂ ਇਥੇ ਸਾਨੂੰ ਨਹੀਂ ਪਤਾ ਲੱਗਾ ਭਈ ਜਿਸਲੇ ਅਸੀਂ ਤਾਂ ਇਹ ਨਿਕਲੇ ਆ ਨਾ ਉਸਨੇ ਹਾਨ ਪਤਾ ਲੱਗਾ ਭਈ ਘੇਰਾ ਪੈ ਗਿਆ ਭਈ ਘੇਰਾ ਪੈ ਗੋ ਨਾ ਸਾਨੂੰ ਮੜੋ ਨਾ ਆਇਦੇ ਪਾਕਤਾਂ ਲਾ ਲੀਆ ਸਾਡੇ ਸਭ ਸਾਨੂੰ ਆਂਦੇ ਮਾਲ ਛੱਡ ਦਿਓ ਉਹਨਾਂ ਘੇਰਾ ਪਾਤੇ ਤੇ ਖਾਨੂੰ ਨਾ ਆਦੇ ਬਾਰਡਰ ਆੜ ਕਾ ਛਲਾ ਦਿੱਤਾ ਬਣਾ ਸਿੱਧਾ ਹੀ ਸਾਨੂੰ ਲੈ ਕੇ ਟੋਰਤੇ ਗਏ ਮਣੋ ਤੇ ਸਾਈ ਵਾਲ ਜਾ ਸਾਨੂੰ ਇੱਥੇ ਛੱਡਿਆ ਨੇ ਉਹ ਤਾਂ ਸਮਾਨ ਸਵਾਂ ਸਾਡੇ ਕੋਲ ਖੋ ਲੈਣੇ ਜਿਹੜੇ ਕੋਕਨਾ ਹੱਥਾਂ ਦੇ ਆਏ ਉਹਨਾਂ ਕੋਲ ਦਿੱਤੇ ਸਾਨੂੰ ਕੁਛ ਵੀ ਗੰਦੇ ਪਿਹਲੇ ਜੜਾ ਕੋਈ ਸਾਡੇ ਕੋਲ ਕਪੜੇ ਹੈਗੇ ਆ ਜਾਂ ਕੋਸ਼ ਉਹ ਅਸੀਂ ਆਦੇ ਪਾਈ ਫਿਰਿਆ ਮੋੜ ਪਿੱਛੇ ਤੇ ਗੰਦੇ ਪਿਹਲੇ ਸਵਾਤ ਲਿਆਂਦੇ ਨੇ ਤੋ ਦਿੱਤੇ ਉਹਨੇ ਤੇ ਮੇਰਾ ਤਾਂ ਮਣਾ ਹੈਗਾ ਉੱਥੇ ਇੱਕ ਹੋਰ ਜੜਾ ਇਸ ਤਰ੍ਹਾਂ ਉਹ ਉੱਥੇ ਢਿਲਾ ਹੋ ਗਿਆ ਡਾਡਾ ਪਹਿੜਾ ਦਵਾਈ ਨਾ ਕਰਣਾ ਪਿੱਛੇ ਮੜਾਸੀ ਕਰਲਾਣਾ ਵੀ ਸੰਦ ਬੱਚਾ ਜਾਂਦਾ ਦਵਾਈ ਕਰੋ ਤਾਂ ਮੜੋ

ਮੇਰ ਜਠਾਣੀ ਆਂਦੀ ਆ ਕਿ ਤੇਰਾ ਭਰਾ ਇਹਨਾਂ ਆਂਦੀ ਆ ਕਿ ਜੇ ਨਹੀਂ ਆਇਆ ਤੇ ਆਪਾਂ ਇੱਕ ਰਖਲੋਈਏ ਆ ਜਾਂਦਾ ਤੇ ਮੋੜਾ ਪਾ ਨਿਕਲ ਚਲਨੇ ਮੇਰਾ ਸਾਰੇ ਨੋਥੇ ਅੰਦਰ ਉਹ ਨਾ ਘੇਰਾ ਪਾਲੀ ਆ ਕਿਸੇ ਉੱਥੇ ਢਾਕ ਲਿਓ ਆਖੇ ਨਿਕਲੋ ਘੇਰਾ ਪਾਇ ਗਿਆ ਨੇ ਘੇਰਾ ਪਾਇ ਗਿਆ ਨੇ ਉਹਨ ਦਾ ਨਾ ਬੂਆ ਲਾਵਣ ਕੁੰਡਾ ਉਹਨ ਦੇਲੇ ਉਹਨ ਦਾ ਲਾਵਣ ਨਾ ਅਸੀਂ ਜਿਸਲੇ ਵੜੇ ਆਈਂ ਕੱਡੇ ਨੂੰ ਰੇੜੇ ਤੁਸੀਂ ਉਹਨਾਂ ਅੱਗੂ ਉਹ ਨਾ ਖਾ ਨਾ ਜਾਉ ਨਾ ਜੋ ਗੋਲੀ ਚੱਲ ਗਈ ਤੇ ਉਹ ਗੁੱਦ ਸਾਡੇ ਸਿੱਧੀਆਂ ਉਹਨਾਂ ਗੋਲੀਆਂ ਕਰ ਦਿੱਤੀਆਂ ਤੇ ਉਹਨਾਂ ਮੁਸਲਮਾਨਾਂ ਉਸਲੇ ਮਾਨੂੰ ਸਾਨੂੰ ਉਹਨਾਂ ਵાળ ਤੇ ਤੇ ਉਹਨਾ ਖੜ ਦੇ ਸਾਰਾ ਕੁਝ ਇੱਥੇ ਤੇ ਛੱਟ ਛੁੱਟ ਦਿਓ ਛੁੱਟ ਦਿਓ ਅਸ ਛੁੱਟ ਦਿੱਤਾ ਹਾਰਾ ਕੁਝ ਉਹਨਾਂ ਮਨਸਾਨਾਂ ਆ ਬਾਰਡਰ ਲਾਇਆ ਤੇ ਚਾ ਉਸਲੇ ਸਾਨੂੰ ਘਣਾ ਪਤਾ ਲੱਗ ਗਿਆ ਵੀ ਇਹ ਇਹ ਤਾਂ ਮੁਸਲਮਾਨ ਆ ਇਹਨ ਮੜ ਕਿਨਾ ਨੂੰ ਤਾਂ ਕੇ ਅਗਾ ਲੈਗੇ ਤੇ ਕਿਨਾ ਇੱਥੇ ਚੌਕੀ ਚ ਰੱਖਿਓ ਉਹਨੇ ਵਰ ਉਮੀਦ ਸੀ ਕਿ ਵਾਪਸ ਆਵਾਂਗੇ ਜੇ ਜਦੋਂ ਜਦੋਂ ਕੈਦ ਕੈਦੇ ਚਲੇ ਗਏ ਜਦੋਂ ਦੂਜੇ ਮੁਲਕ ਦੇ ਅੰਦਰ ਚਲੇ ਗਏ ਤਾਂ ਉਦੋਂ ਉਮੀਦ ਸੀ ਕਿ ਜਿਹੜੇ ਹੈਗਾ ਸਾਨੂੰ ਨਹੀਂ ਆਮੇ ਦਸੀ ਸਾਨੂੰ ਆਮੇਂਦ ਨਹੀਂ ਸੀ ਤੇ ਅੱਜ ਦੇ ਕੋਈ ਰੈਡ ਕਲਾਸ ਕਿ ਕੀ ਸੱਦਦੇ ਆ ਭਈ ਉਹ ਗਏ ਸੀ ਯਾਜ ਉਹਨਾਂ ਕਹਿਆ ਸੀ ਭਈ ਕੋਈ ਨਹੀਂ ਦੋਨੋਂ ਆਸੀ ਗੰ ਇੰਦਰਾ ਗਾਂਧੀ ਜੋਰ ਲਾਈ ਖੜੀ ਹੈ ਦੋਨੋਂ ਕੱਡੇ ਦੀ ਬਾਰ ਲੈ ਚੱਲੇ ਦੀ ਉਹ 4 5 5 ਦੇਵੇ ਦੀ ਤੇ ਲੈ ਚੱਲੇ ਦੀ ਉਸ ਲਿਹਾ ਦਾ ਥੋੜਾ ਦਿਲ ਵੱਜ ਗਿਆ ਤੇ ਚਲੋ ਲੈ ਜਾਸੀ ਇਹ ਕਿ ਉਹ ਵਿਚਾਰਾ ਇਹਗਾ ਨਾਂਦੇ ਚ ਅਫਸਰ ਜੋ ਆਖ ਚੜ ਨਹੀਂ ਅੱਲਾਹ ਤਾਲਾ ਤੁਨ ਲੈ ਜਾਸੀ ਤੁਨ ਲੈ ਜਾਸੀ ਅਸੀਂ ਵੀ ਆਂਦੇ ਲੈ ਜਾਵੇ ਤਾਂ ਤਾਂ ਹੀ ਹੈ ਇਹ ਮੈਂ ਬਾਸ ਮਨ ਦੇ ਅੰਦਰ ਕੀ ਸੀਗਾ ਕਿ ਮੈਂ ਜਦੋਂ ਬੱਚਾ ਪੈਦਾ ਹੋਇਆ ਜਦੋਂ ਤੁਸੀਂ ਕਹਿੰਦੇ ਨੇ ਕਿ ਤੁਹਾਡੇ ਪੇਟ ਵਿੱਚ ਸੀਗਾ ਜਿਹੜਾ ਜਨਮ ਲਿਆ ਹੈਗਾ ਉਦੋਂ ਕੀ ਸੀਗਾ ਕਿਉਂਕਿ ਕੈਦ ਵਿੱਚ ਤੁਸੀਂ ਗਏ ਚਲੇ ਸੀਗੀ ਉਹ ਦਰਦ ਕੀ ਸੀਗਾ ਕਿ ਕਿੱਦਾਂ ਮਨ ਵਿੱਚ ਕੀ ਗੋਪਲ ਵਾਲੇ ਆ ਰਹੇ ਸੀਗੇ ਮਰਨੇ ਚ ਤੱਕ ਇਹ ਵੀ ਮੁਸ਼ਕਲ ਹੈ ਵੀ ਨਹੀਂ ਕੱਢਣਾ ਜਿਹੜੇ ਗੱਲ ਹੋਈ ਖੜੀ ਹਾਲਾਤ ਐ ਇੱਟੇ ਨਹੀਂ ਹੁੰਦਾ ਭਾਈ ਛੱਡਣਾ ਉਹ ਮੜੋਥੇ ਇਹਨਾ ਆਖਾ ਬਈ ਸਾਰਾ ਬੰਦੇ ਸਾਡੇ ਆਖਾ ਬਈ ਬੰਦਿਆਂ ਨੂੰ ਵੱਖਰਾ ਕਰ ਲੈਂਦੇ ਜਨਾਨੀਆਂ ਨੂੰ ਵੱਖਰੀ ਬਈ ਜੇਲ੍ਹ ਦਿੱਤੀ ਯਾਨੇ ਉਹਥੇ ਹੀ ਮੜੋ ਅਠਵੇਂ ਦਿਨਾਂ ਨੂੰ ਮੁਲਾਕਾਤ ਕਰਹਿੰਦੇ ਆਏ ਵਾਪਸੀ ਕਾ ਵਾਪਸੀ ਕਾ ਦੋ ਹੀ ਤੁਹਾਡੀ ਵਾਪਸੀ ਗਦ ਮੈਨੋਂ ਤੋਂ ਹਾਂ ਅਰ ਚੂੜੀ ਪਹਿਲੇ ਥੋੜਾ ਹਾਂ ਅਰ ਚੂੜੀ ਪਹਿਲੇ ਥੋੜਾ ਠੀਕ ਆਈ ਅਸੂਦੀ ਖਰ 16 ਤਰੀਕ ਆਈ ਇਹ ਬੱਚੇ ਨੂੰ ਫਿਰ ਉੱਥੇ ਹੀ ਪਾਲਿਆ ਪੋਸਿਆ ਕਿੰਨਾ ਟਾਈਮ ਉੱਥੇ ਪਾਕਿਸਤਾਨ ਦੀ ਉਹਦੇ ਤੁਸੀਂ ਜੇਲੇ ਚ ਹੀ ਰੱਖਿਆ ਫਿਰ ਉਹ ਤੋਂ ਜਨਮ ਤੋਂ ਬਾਅਦ ਹਾਂ ਜੇਲੇ ਚ ਰੱਖਿਆ ਤੇ ਮੜੋ ਇੱਕ ਹਫਤਾ ਹੱਤੀਓਤ ਰੱਖਿਆ ਮੜੋ ਨਾਥਾ ਨੂੰ ਉਹਦੇ ਪਿਛਾ ਗਾਲ ਦੇ ਤਾਂ ਸਾਈਵਾਲ ਅਸੀਂ ਆਂਦੇ ਆ ਬਿਸਾਨੂ ਭੇਜੋ ਪੀਛਾ ਮੇਰਾ ਬੱਚਾ ਨਿੱਕਾ ਹੈ ਕਰੋਂਦਾ ਹੈ ਤੇ ਬਿਸਾਨੂ ਪੀਛਾ ਘੱਲੋ ਇੱਥੇ ਕੌਣ ਕੌਣ ਸੀ ਇੱਥੇ ਉਧਰ ਕੌਣ ਕੌਣ ਕੈਦ ਹੋਇਆ ਸੀ ਉਧਰ ਤਾਂ ਸਾਰੇ ਟੱਬਰ ਹੀ ਗਏ ਭਈ ਵੜੇ ਗਏ ਸੀ ਸਾਰੇ ਟੱਬਰ ਹੀ ਸਾਡਾ ਤੇ ਇੱਥੇ ਇੱਕ ਵੀ ਨਹੀਂ ਰਹਿ ਗਿਆ ਸੀ ਹਾਂ ਸਾਰੇ ਵੜੇ ਜੀ ਹੁਣ ਜੰਗ ਲੱਗਦੀ ਹੈ ਤਾਂ ਹੁਣ ਫਿਰ ਡਰ ਰਹਿੰਦਾ ਹੈ ਮਨ ਵਿੱਚ ਡਰ ਰਹਿੰਦਾ ਹੈ ਜੇ ਲੈ ਆ ਜਾਂਦੀ ਮੈਂਟਰੀ ਜਾਂ ਕੁਛ ਤਾਂ ਹੁਣ ਤਾਂ ਜੀ ਡਰਦਾ ਹੈ ਅੱਗੇ ਤਾਂ ਵਾਦ ਵਰ ਹੁਣ ਤਾਂ ਵੇਖੀਦਾ ਜਿਸਲੇ ਥੋੜਾ ਖੜਕਾ ਹੁੰਦਾ ਹੈ ਤਾਂ ਉਸਲੇ ਭਾਈ ਤੇ ਵੇਖੀਦਾ ਵੀ ਉਹ ਹਣਾ ਜੇ ਮੋੜ ਘੇਰਾ ਪਾਇਆ ਜਾਵੇ ਉਹ ਡਰ ਰਿੰਦਾ ਵਰ ਹੁਣ ਮੇਰੇ ਬੱਚੇ ਜਿਹੜੇ ਹੋਂ ਦਾ ਮੁੱਕ ਗਿਆ ਬਾਪੂ ਤਾਂ ਹੋਂ ਦਾ ਕੋਈ ਮੁੰਡਾ ਲਾਓ ਉਹਨਕੇ ਤੂੰ ਖਾਵਲ ਸਰਕਾਰ ਦੀ ਮਦਦ ਹਾਂ ਸਰਕਾਰ ਮਦਦ ਕਰ ਰਹੀ ਨਾ ਮਿਲੀ ਕਿ ਨਹੀਂ ਨਾ ਕੁਝ ਵੀ ਨਹੀਂ ਉਹਨਾਂ ਦਿੱਤਾ ਆਖ ਦੇਵਾਂ ਦੇ ਦੇਵਾਂ ਦੇ ਜਿਵੇਂ ਤੁਸੀਂ ਆਏ ਨਹੀਂ ਹੋਏ ਆਏ ਰਹੇ ਆਹ ਦੇ ਰਹੇ ਨੂੰ ਜਾਂਦੇ ਰਹਿਆ ਕੋਈ ਨਹੀਂ ਉਹਨੋਂ ਬੱਚੇ ਆਇਆ ਨਾ ਜਾਂ ਨਾਨੂ ਕਿਸੇ ਕੱਚੇ ਕੋਈ ਲਾਵਣ ਇਕ ਦੇ ਨੂੰ ਨੌਕਰੀ ਰੱਖਣ ਇਕ ਨੂੰ ਇਹ ਇਹ ਮਾਤਾ ਨੇ ਜਿਨ੍ਹਾਂ ਨੇ ਜਿਹੜਾ ਇਹ ਦਰਦ ਜਿਹੜਾ ਆਦੀ ਅੱਖੀ ਵੇਖਿਆਗਾ ਇਹ ਮਾਤਾ ਦੇ ਜਿਹੜਾ ਦਰਦ ਏ ਉਹ ਜਿਹੜਾ ਆਦੀ ਜਬਾਨ ਤੋਂ ਜਿਹੜਾ ਇਹ ਬਿਆਨ ਕਰ ਰਹੇ ਨੇ ਇਹ ਉਹਨਾਂ ਦਾ ਬੇਟਾ ਹੈ ਜਿਨ੍ਹਾਂ ਦੀ ਜਿਸ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੇ ਨੇ ਹੀ ਰੁਵੇਲ ਸਿੰਘ ਨੇ ਜਿਹੜਾ ਹੈਗਾ ਜਨਮ ਜਿਹੜਾ ਪਾਕਿਸਤਾਨ ਬੰਦੀ ਕੈਦੀਆਂ ਦੇ ਦੌਰਾਨੀ ਇਹ ਜਿਹੜਾ ਇਸ ਦਾ ਜਨਮ ਹੋਇਆ ਸੀਗਾ ਅਤੇ 1 ਸਾਲ ਦੇ ਕਰੀਬ ਜਿਹੜਾ ਇਹ ਪਾਕਿਸਤਾਨ ਵਾਲੇ ਇਲਾਕੇ ਦੇ ਅੰਦਰ ਰਿਹਾ ਉਹਨਾਂ ਦੇ ਜਿਹੜੇ ਜਿਸ ਤੋਂ ਬਾਅਦ ਜਿਹੜਾ ਇਸ ਨੂੰ ਜਿਹੜਾ ਭਾਰਤ ਵਿੱਚ ਜਦੋਂ ਕੈਦੀਆਂ ਨੂੰ ਇੱਧਰ ਲਿਆਂਦਾ ਗਿਆ ਉਸ ਤੋਂ ਬਾਅਦ ਇੱਥੇ ਆਏ ਨੇ ਆਪਣੇ ਘਰ ਨੂੰ ਜਿਹੜਾ ਉਜੜਿਆ ਹੋਇਆ ਘਰ ਸੀ ਉਨੂੰ ਮੁਰਤੂ ਬਸਾਇਆ ਤੇ ਕਾਫੀ ਮੁਸ਼ਕਲ ਕਰਨੀ ਪਈ ਕਾਫੀ ਜਿਹੜੀਆਂ ਕਹਿ ਸਕਦੇ ਆ ਕਿ ਪਰੇਸ਼ਾਨੀਆਂ ਚਲਨੀਆਂ ਪਈਆਂ ਇਸ ਇਲਾਕੇ ਦਾ ਜਿਹੜਾ ਦਰਦ ਇਹ ਪਿਤਾ ਕਸ਼ਮੀਰ ਸਿੰਘ ਨਾਲ ਵੀ ਕਰ ਲਨੇ ਇਹ ਜੰਗੀ ਕੈਦੀ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਜਿਹੜਾ ਪਿੰਡੇ ਤੇ ਇਸ ਦਰਦ ਨੂੰ ਹੰਡਾਇਆ ਹੈਗਾ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੀ ਹਾਲਾਤ ਹੈਗੇ ਸੀਗੇ ਬਾਪੂ ਜੀ ਕੀ ਨਾ ਜੀ ਆਪਣਾ ਕਸ਼ਮੀਰ ਸਿੰਘ ਜੀ ਅੱਛਾ ਕਹਿੰਦੇ ਨੇ ਜੰਗ ਲੱਗੀ ਤਾਂ ਅਚਾਨਕ ਹੀ ਕਹਿੰਦਾ ਫੌਜ ਆ ਗਈ ਕਹਿੰਦੇ ਲੋਕ ਰੋਟੀ ਖਾ ਰਹੇ ਸੀ ਕੋਈ ਕਪੜੇ ਤੋਰ ਰਿਆ ਸੀਗਾ ਕੋਈ ਕੁਝ ਕਰ ਰਿਆ ਸੀਗਾ ਹਾਲਾਤ ਕਿਸ ਤਰ੍ਹਾਂ ਦੇ ਸੀ ਹਾਲਾਤ ਬਹੁੜੀ ਮਾਰੇ ਸੀ ਬਹੁਤ ਛਾੜੇ ਦੇ ਰ ਤੇ ਰੋਂਦੂ ਬਾਹਰ ਲੱਗ ਬਹੁਤ ਛਾੜੇ ਨਾ ਜਿੰਮਾਂ ਚ ਨਾ ਜਿੰਦੇ ਚ ਅਜਾ ਕਹਿੰਦੇ ਜੀ ਪਤਾ ਨਹੀਂ ਛਾੜੇ ਕੀ ਬਾਰਾ ਵਰਤੀ ਹੈ ਸਰਕਾਰ ਵੀ ਸਾਡੀ ਜਿਹੜੀ ਸੀ ਉਹਦੇ ਜੇ ਮਿਲੀ ਭਗਤਾਂ ਸੋਮਰਤ ਸੀ ਤੇ ਕਮਾਂਡਰ ਉਹ ਫੌਜਾਂ ਮਿਲੀ ਭਗਤੀ उसे सू बुलाया सारे पिंड तो तो जी एरिया बहुत जंग लगी चली तीन दिसंबर साढ़े छे बजे रात अपना साढ़े छे जी, उन्होंने पाकर साल छे बजे से जो गिनती जंग उद ही लगती है जंग हमेशा उदू लगेगी कोई भी गिनती का टाइम होता आर्मी का उदो जंग ला दे

ਉਹ ਕਿ ਚਲੀ ਗਈ ਤੋ ਮੈਂ ਕਿ ਜੰਗ ਲੱਗ ਗਈ ਪੈਰ ਹੋ ਗਿਆ ਕੋ ਕੁ ਜਲਾ ਤੀ ਆਪਣੇ ਸैनिक ਪੈਰ ਦੇ ਵਿੱਚ ਵੇਖ ਤੋ ਸੀ ਨਾ ਕਿ ਉਹ ਸੁਬਾਹ ਜਿਹੜਾ ਰਾਤ ਸਾਨੂੰ ਲੈ ਨਿਕਲੇ ਭਈ ਬਾਤ ਕਿਸੇ ਫਾਇਰ ਵੱਜ ਜਾ ਜੇ ਨਿਕਲੇ ਝੋਲਾ ਨੂੰ ਨਾ ਪੈਰ ਫੂਰ ਕਾਰ ਦੇ ਪਿੱਛੇ ਬਜਾਤਾ ਜੇ ਨਿਕਲੇ ਜਿਹੜੇ ਪਿੰਡ ਵੜਗੇ ਸੀ ਉਹਨਾਂ ਨੇ ਸਾਰ ਸਕੂਲ ਹੀ ਕੈਰ ਕਰ ਦਿੱਤਾ ਬਾਕੀ ਜਿਹੜੀ ਉਹਨਾਂ ਬਾੜ ਬਾੜੀ ਬਾੜ ਚੋਕੀ ਭੇਜ ਕੇ ਉਹ ਤੋ ਅਵਲਨ ਪੇਜ ਤੋਂ ਪਾਕਿਸਤਾਨ ਤੇ ਕਿੰਨਾ ਇਲਾਕਾ ਸੀਗਾ ਆਪਣਾ ਜਿਹੜਾ ਉਹਨਾਂ ਨੇ ਆਪਣੇ ਕਬਜ਼ੇ 'ਚ ਲਿਆ ਸੀਗਾ ਤੇ ਕਿੰਨੇ ਕੁ ਲੋਕ ਸੀਗੇ ਜਿਹੜੇ ਬੰਦੀ ਬਣਾਏ ਗਏ 12 ਪਿੰਡ ਅਦਾਜ ਹੈ ਨੇ ਜਿਹੜੇ ਕਬਜ਼ੇ ਸੀ ਤੇ 410 ਤਕਰੀਬਨ ਬੱਚੇ ਮਾਵਾ ਪਿਓ ਉਹ ਕੈ ਸੀ ਤੇ ਕਿੰਨਾ ਸਮਾਂ ਉੱਥੇ ਫਿਰ ਕੱਟਿਆ ਉੱਥੋਂ ਦਾ ਕੀ ਕਿਸ ਤਰ੍ਹਾਂ ਦਾ ਸੀਕਰ ਅਜੀ 10 ਮਹੀਨੇ 13 ਦਿਨ ਕੱਟ ਕੇ ਆਏ वापसी जल इन्हों शिमला समझौता तय गल हो गई थी अस आ रहे पहले बल्ले लवेंगे तो बार भी फिर इलाका तो फिर इन्होंने ले पर हो गई इलाका से जल्दा दिता सू साल बाद वापस कब्जे सरकार अपनी सरकार जी साल बार पहले ना जो कब्जा लिया पहले मैना मोना टैंक फेरे ਤੈਨੂੰ ਬਾਹਰ ਨਾ ਭਾਈ ਜੀ ਵਾਹ ਕਿ ਬਾਹਰ ਸਨ ਚੜ ਤੈਨ 4 ਸਾਲ ਸਾਡੇ ਜਿਹੜੇ ਨਾ ਬਹੁਤ ਜੁਗਾਰਾ ਮੁਸ਼ਕਲ ਸੀ ਪੁੱਤਲਾ ਹੋਈਆਂ ਨਹੀਂ ਉਹ ਤੁਮਾਰ ਜੀ ਵਿੱਚ ਕਿਸੇ ਪੂਜਾ ਗਿਆ ਕਰਦੇ ਕੁਝ ਚੱਕ ਕੇ ਬੋਰ ਕਿ ਟੈਨ ਲੰਦੇ ਕਾ ਸਾਡੇ ਕੋਈ ਪਾਲਣ ਪੁਛਰ ਵਾ ਅਸੀਂ ਜਦ ਸੱਜੇ ਕਬੇ ਬਰਾਦੀ ਦੇ ਬੰਦੇ ਵਗਾੜ ਕੇ ਇੱਟਾ ਕੜਿਆ ਮਕਾਨ ਖੜੇ ਕੀਤੇ ਸ਼ਾੜੀ ਪਾ ਬਹੁਤ ਪ੍ਰੋਬਲਮ ਸੀ ਕੋਈ ਸਰਗੋਟ ਸ਼ਾੜੀ ਨਹੀਂ ਸੀ ਆਉਣੀ ਅਰਸੀ ਜਦੋਂ ਆਏ ਤਾਂ ਤੁਹਾਡੇ ਇਸ ਘਰਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕੀ 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 ਬਚਿਆ ਸੀ ਬਹੁਤ ਕੁਛ ਨਹੀਂ ਬਚਿਆ ਜੀ ਸਾਰੇ ਮਕਾਨ ਜਿ ਠੱਟੇ ਵੇ ਜੀ ਜਿੱਥੇ ਕੋਈ ਪੱਕੀ ਇਟ ਹੈ ਉਹਨਾਂ ਉਹ ਵੀ ਢੀਂਡ ਵਿੱਚ ਚੀ ਕਰ ਲੈ ਮਾਰ ਪਰ ਸਭ ਕੁਛ ਸਾੜਾ ਲਾਏ ਮਾਰ ਤੋਂ ਸਾਡੇ ਕੋਲ ਉਹਨਾਂ ਮੁਮਨ ਵੀਰ ਜੱਸੀ ਸਾਡੇ ਕੋਲ ਉਹਨਾਂ ਦੇ ਲਾਕਰ ਰਸੇ ਬੱਧੇ ਜੀ ਉਹਨਾਂ ਰਸੇ ਪਾਉ ਦੇ ਲਾਏ ਜਦੋਂ ਬੱਚਿਆਂ ਦਾ ਜਨਮ ਹੋ ਗਿਆ ਰਵੇਲ ਦਾ ਹੋ ਗਿਆ ਉੱਥੇ ਉਹ ਉਹ ਤੇਰ ਤੁਸੀਂ ਕੋਈ ਕਿਸ ਤਰ੍ਹਾਂ ਦਾ ਵਿਵਹਾਰ ਰਿਹਾ ਉੱਥੋਂ ਦੇ ਲੋਕਾਂ ਦਾ ਉੱਥੇ ਜੀ ਠੀਕ ਹੀ ਵਿਵਹਾਰ ਰਿਹਾ ਸਾਨੂੰ ਜਿਹੜੇ ਪੁਲਿਸ ਵਾਲ ਸੀ ਨਾ ਇਹ ਜੋ ਸਾਈਵਾਲ ਦਾ ਬੱਚੇ ਜਦੋਂ ਹਨ ਸਿਵਰ ਹਸਪੀਟਲ ਵਿੱਚ ਉਹ ਚ ਇਹਨਾਂ 4 ਦਿਨ ਬਾਅਦ ਛੁੱਟੀ ਮਿਲ ਗਈ ਉੱਥੋਂ ਨੇ ਚੰਗਾ ਵਿਵਹਾਰ ਕੀਤਾ ਸਵੇਰੇ ਬਰ ਲਾਸਟ ਨਾਲ ਬਰੈਡ ਕਾਲ ਕੇ ਦੇਣੇ ਰੋਟੀ ਚੰਗੀ ਜਲੀ ਉਸ ਬਾਅਦ 4 ਦਿਨ ਬਾਅਦ ਇੱਥੇ ਆਏ ਨਾ ਅੜੱਪੇ ਫਿਰ ਸਾਡੀ ਜਿਹੜੀ ਨਾ ਅਫਸਰ ਜਿਮਾੜੀ ਮੋਟੀ ਬੱਚੇ ਦੀ ਗੱਲ ਕਰਦੇ ਸੀ सर्टिफिकेट जन्म का फिर सर्टिफिकेट सर्टिकेट मेरा नहीं बनया इतने मैं लिखाया फलाने दिन उनके जन्म होया इतने पाकिस्तानी गए थी इतने तो मैं सर्टिफिकेट उस मुताबिक मैं लिखाया अब मैं सर्टिफिकेट मैं क्या अगले पत्रकारों में सर्टिफिकेट लाया अभी सरकार के सेंटर तक ये पहुँचावे इन्होंने बच्चों ने क्यों नहीं कोई मदद दिखती गई सेंटर वालों उस साड़ी जी डिफेंस बन बड़ा है उनके बारे में मैं थोड़ी हिस्ट्री दसना बैठे अजय कख नहीं मिला उस जमीन का जब इकवंजा साल हो गए उस बन बड़े साढ़े सरकार कोस चल रहे साड़ी कोई गौर ही नहीं गौर ही नहीं अजो जो इतना कवरजीत सिंह है अपने जज है हाई कोर्ट का वह आए दोन आ गुरदासपुर दो दिन ਕਰਨਤਾਲ ਨਾ ਆਪਣੇ 2 ਦਿਨ ਗੁਰਦਾਸਪੁਰ 2 ਦਿਨ ਪਠਾਨਕੋਟ 2 ਦਿਨ ਹੁਣਸਰ 2 ਦਿਨ ਤਰੰਤ 2 ਦਿਨ ਆਪਣੇ ਬਰੋਜਪੁਰ 2 ਦਿਨ ਫਾਇਲ ਦਾ ਕੋਈ ਸਾਡੇ ਕੀ ਫੈਸਲਾ ਨਹੀਂ ਜੇ ਹੁਣ ਜਦੋਂ جنگ ਦਾ ਮਾਹੌਲ ਬੰਦਾ ਹੈ ਜਾਂ ਤਣਾਅ ਬੰਦਾ ਦੋਨਾਂ ਮੁਲਕਾਂ ਦੇ ਅੰਦਰ ਤਾਂ ਫਿਰ ਕਿਸ ਤਰ੍ਹਾਂ ਦੇ ਹਾਲਾਤ ਰਹਿੰਦੇ ਮੰਨ ਦੇ ਅੰਦਰ ਕੀ ਹੈ ਮਨ ਨਜ਼ਰ ਤੇ ਸਾਡਾ ਡਰ ਬਹੁਤ ਹੈ ਬਹੁਤ ਜਿਹੜਾ ਨਾ ਜਿਸ ਬੰਦਾ ਵੇਖਾ ਉਹ ਨਾ ਅੱਖੀਂ ਦੁੱਖ ਉਹਨੂੰ ਡਰ ਡਰ ਲੱਗਦੇ ਜੀ बहुत अच्छी सू पता नहीं थी। थी रहा ज्यादा गोली मार दिता जायदाद जान गड़ी प्यारी तो जान प्यारी उम्मीद की मलोट पहुंच गए કે ઓકે ને બરોટ પહોંચ ગયા હાજી वापसी સીસી ની વાપસી થી વાપસી ની જ વાત હે જી સાનું ઓર સુબાહ જેરી ખબરા કોરા કહીને જીને ફૌજીયન ઓ જેડે અજ જો કેમ્પ પે ગયા ઓ ભી તમારે બુલાવ સોને ચી રેડિયો થી ઓ તો ટીવી નહી થી તે આ જગે સાડે ફૌજીય આયે જી ફૌજીય ઇત જ રહે તો સાડે ઓર ફૌજીયને બ્યાાર હોવેગા ਇਹਨੇ ਕੱਪੜੇ ਵੀ ਨਹੀਂ ਹੁੰਦੇ ਸੀਗੇ ਬਦਨ ਦੇ ਕੱਪੜੇ ਲਾ ਲਾ ਕੇ ਲੋਕਾਂ ਨੇ ਜਿਹੜਾ ਬੰਦਿਆਂ ਨੇ ਜਿਹੜੀਆਂ ਜਨਾਨੀਆਂ ਦੇ ਬਦਨ ਕੱਪੜੇ ਸਾਡੇ ਬਹੁਤ ਮਾੜੀ ਪੋਜੀਸ਼ਨ ਸੀ ਬਹੁਤ ਹੀ ਮਾੜੀ ਪੋਜੀਸ਼ਨ ਬੰਦਿਆਂ ਨੇ ਕੱਪੜੇ ਜਨਾਨੀਆਂ ਨੂੰ ਗਾਲਜ ਬੰਦੇ ਫਿਰ ਤੈਨੂੰ ਪਤਾ ਗਰਮੀ ਸੀ ਮਾਰਾ ਮੋਟਾ ਜਿੰਦ ਕਾਰ ਕੱਢਣ ਖੱਜਾਇ ਤੇ ਉਹ ਸੁਬਾਰ ਸਾਨੂੰ ਜੇ ਉੱਤੇ ਪਹੁੰਚਣ ਤੋਂ ਬਾਅਦ ਉਹ ਜਿਹੜੇ ਯੂਵਨ ਵਾਲੇ ਗਏ ਉਹਨਾਂ ਸਰੂਨਾਂ ਚਾਹ ਸਰਕਾਰ ਦਿੱਤੇ ਨੂੰ ਚਾਹ ਉਹਨਾਂ ਦੇ ਕਹਿ ਦਿੱਤੇ ਸਾਨੂੰ ਇੱਕ ਇੱਕ ਕਮੀਰ ਇੱਕ ਇੱਕ ਬਿਲਾਮ 10-10 ਰੁਪਏ ਉਹਨਾਂ ਦਿੱਤੇ ਤੇ ਉਹ ਜਿਹੜਾ ਅਪਰਡ ਕ੍ਰੀਮ ਸੀ ਲੈ ਇਨਸਪੈਕਟਰ ਅੱਜੀ ਬਹੁਤ ਬੰਦਾ ਭਲਾ ਸੀ ਬਹੁਤ ਡੋਖ ਦਰਦ ਕਾਲਾ ਸੀ ਸਾਡੇ ਨੂੰ ਡੋਖ ਬਣਾਉਣਾ ਕੋਈ ਗੱਲ ਉਹ ਸਾਰਾ ਛੇ ਕੋਈ ਗੱਲ ਨਹੀਂ ਪੁੱਤਰ ਤੁਹਾਨੂੰ ਸਹੀ ਸੰਗਰੇ ਭੇਜਾਂਗੇ ਤੁਸੀਂ ਕੋਣ ਖੋਸ ਜੇ ਵਾਪਸੀ ਕਰੇ ਵਾਪਸੀ ਹੋਗੀ ਆ ਇਹ ਬਾਰ ਸੌਣ ਕਰ ਜਿਹੜਾ ਹੈ ਜਦੋਂ ਕੋਈ ਆ ਜੰਗ ਦੀ ਦੁਆਰ ਔਰ ਹਰ ਸਾਲ ਮੁਸੀਬਤ ਬਣਦੀ ਅਗੇ ਤੇ ਪਿੱਛੇ ਸਾਨੂੰ ਕੋਈ ਕਰ ਬਿਲਕੁਲ ਜੀ ਜਿਹੜੇ ਇਹ ਬਜ਼ੁਰਗ ਸੀ ਕਸ਼ਮੀਰ ਸਿੰਘ ਜਿਨ੍ਹਾਂ ਨੇ ਇਹ ਦਰਦ ਜਿਹੜਾ ਆਦੀ ਅੱਖੀ ਦੇਖਿਆਗਾ ਇਹ ਜੰਗ ਨੂੰ ਆਦੀ ਅੱਖੀ ਦੇਖਿਆ ਜੇਲਾਂ ਦੇਣੀਆਂ ਤਾਂ ਕਟੀਆਂ ਨੇ ਇਹ ਗੱਲਬਾਤ ਕਰਦੇ ਆ ਇਹ 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 ਉਹ ਸ਼ਖਸ ਨੇ ਜਦੋਂ ਇਹ ਬਚਪਨ ਸੀਗਾ ਇਹ ਜਦੋਂ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਜੰਗ ਹੁੰਦੀ ਕੀ ਹੈ ਇਲਾਕੇ ਦੇ ਅੰਦਰ ਜਦੋਂ ਕਹਿੰਦੇ ਨੇ ਕਿ ਇਸ ਇਲਾਕੇ ਦੇ ਅੰਦਰ ਜੰਗ ਦਾ ਮਾਹੌਲ ਜਿਹੜਾ ਬਣਿਆ ਜਦੋਂ ਉਦੋਂ ਇਹ ਗਲੀ ਗੜੀਆਂ ਗਲੀਆਂ ਦੇ ਅੰਦਰ ਜਿਹੜੇ ਜਵਾਕ ਖੇਡਦੇ ਪਏ ਸੀ ਉਹ ਵੀ ਇਸ ਜਿਹੜੇ ਸਹਿਮ ਗਏ ਸੀ ਇਹਨਾਂ ਦੀ ਉਮਰ ਜਦੋਂ ਜੰਗ 71 ਦੀ ਜੰਗ ਹੋਈ ਸੀਗੀ ਦੱਸ ਰਹੇ ਨੇ ਕਿ ਜਿਹੜਾ 12 ਤੋਂ 13 ਸਾਲ ਦੀ ਉਮਰ ਸੀਗੀ ਜਦੋਂ ਇਹ ਕੈਦੀ ਬਣ ਗਏ ਸੀਗੇ ਕੀ ਨਾਂ ਭਜੀਆ ਸਤਨਾਮ ਸਿੰਘ ਜੀ ਅੱਛਾ ਕਿੰਨੀ ਉਮਰ ਸੀਗੀ ਜਦੋਂ ਜੰਗ ਲੱਗ ਗਈ 12-13 ਸਾਲ ਦੀ ਸੀ ਅੱਛਾ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਤੁਸੀਂ ਕਿੱਥੇ ਸੀਗੇ ਮਾਪਿਓ ਨੇ ਮਨ ਦੇ ਅੰਦਰ ਕੀ ਸੀ ਅਸੀਂ ਜੀ ਉਸ ਟਾਈਮ ਖੇਡ ਰਹੇ ਸੀ ਗਲੀਆਂ ਗੁਲੀਆਂ ਚ ਕਿੰਨੇ ਬੱਚੇ ਖੇਡਦੇ ਆ ਜੀ ਅਸੀਂ ਖੇਡ ਰਹੇ ਸੀ ਤੇ ਮਾਵਾਂ ਸਾਡਿਆਂ ਪੈਣਾ ਔਰ ਸੋਈ ਦਾ ਕੰਮ ਕਰ ਰਹੀਆਂ ਸੀ ਕੋਈ ਕਪੜੇ ਧੋ ਰਿਹਾ ਸਾਭ ਦਾ ਕਰਦਾ ਜੋ ਵੀ ਕੰਮ ਸੀ ਕਰ ਰਹੇ ਸੀ ਬਜ਼ੁਰਗ ਪੱਠੇ ਵੱਡਿਆਂ ਨੇ ਕੀ ਦੱਸਿਆ ਤੁਹਾਨੂੰ ਸਾਨੂੰ ਤਾਂ ਇਹ ਹੀ ਦੱਸਿਆ ਵੀ ਜੰਗ ਲੱਗ ਗਈ ਤੁਸੀਂ ਬਸ ਹੁਣ ਅੰਦਰ ਹੋ ਜਾਓ ਅਸੀਂ ਅੰਦਰ ਬੈਠ ਗਏ ਵੀ ਸਵੇਰੇ ਚੱਲਾਂਗੇ ਵੀ ਫੇਰ ਨਾ ਵੱਜ ਜਾਵੇ ਫੇਰ ਚੱਲ ਰਿਹਾ ਤੇ ਤੜਕੇ ਅਸੀਂ ਇੱਥੋਂ ਘਰੋਂ ਨਿਕਲੇ ਆਂ ਬਾਹਰ ਆਪਣੇ ਫਾਇਲ ਕਰਨ ਜਾਣ ਨੂੰ ਅਗੋਂ ਮਮਦ ਪੇਰ ਗਏ ਅਗੋਂ ਮੁਸਲਮਾਨਾਂ ਦੀ ਕੌਂਸੀ ਤੇ ਉਹਨਾਂ ਸਾਨੂੰ ਸਕੂਲ ਦੇ ਅੰਦਰ ਢੱਕਤਾ ਇੱਧਰ ਚੱਲੋ ਉਹ ਇੱਥੇ 8-10 ਦਿਨ ਅਸੀਂ ਰਹੇ ਜੰਗ ਚੱਲਦੀ ਵਿੱਚ ਫਿਰ ਵਾਪਸ ਸਾਨੂੰ ਲੈ ਕੇ ਗਏ ਇੱਥੋਂ ਪਾਕਿਸਤਾਨ ਨੂੰ ਸੋਢੀ ਵਾਲਾ ਪਿੰਡ ਉੱਥੇ ਰਾਤ ਰੱਖਿਆ ਸਕੂਲ ਵਿੱਚ ਉੱਥੋਂ ਫਿਰ ਸਵੇਰੇ ਸਾਨੂੰ ਕੱਢਿਆ ਤੇ ਹਵੇਲੀ ਲੈ ਗਏ ਉੱਥੇ ਫਿਰ ਛੱਡੀ ਗਿੰਤੀ ਗੁੰਦੀ ਕਰਕੇ ਬੱਸਾਂ ਆਈਆਂ ਰਾਤ ਉੱਥੇ ਰਹੇ ਹਵੇਲੀ ਸਾਈਵਲ ਲੈ ਕੇ ਜਾਇਲ ਚ ਵਾਹ ਨੂੰ ਮੈਂ ਨੇ ਉੱਥੇ ਰੱਖਿਆ ਉਸ ਤੋਂ ਬਾਅਦ ਸਾਨੂੰ ਹੜੱਪਾ ਸ਼ਹਿਰ ਗਏ ਆਪਣੇ ਹਿੰਦੂਆਂ ਦਾ ਗੁਰਦੁਆਰਾ ਸੀ ਉੱਥੇ ਲੈ ਗਏ ਤੇ ਉੱਥੇ ਉੱਥੇ ਅਸੀਂ ਮਤਲਬ ਕਹਿੰਦਾ ਵੀ ਉੱਥੇ ਰਹੇ 5-6 ਮਹੀਨੇ ਉਸ ਤੋਂ ਬਾਅਦ ਫਿਰ ਸਾਡਾ ਵਾਪਸੀ ਹੋਈ ਜਦੋਂ ਜੰਗ ਦੇ ਜਦੋਂ ਉੱਥੇ ਫਿਰ ਜੇਲ੍ਹੇ ਚ ਰੱਖਿਆ ਗਿਆ ਹਾਂ ਤੇ ਸਾਈਵਲ ਜੇਲ੍ਹੇ ਚ ਰੱਖਿਆ ਗਿਆ ਤੇ ਹੜੱਪਾ ਸ਼ਹਿਰ ਉੱਥੇ ਆਪਣਾ ਸਰੋਵਰ ਸੀ ਗੁਰਦੁਆਰਾ ਸੀ ਉੱਥੇ ਸਾਨੂੰ ਲੈਂਪਨ ਦੌਰਾਨ ਰੱਖਿਆ ਗਿਆ ਵੀ ਖੁੱਲੇ ਰਹਿ ਸੀ ਤੇ ਫਿਰ ਤੁਸੀਂ ਮਾਪਿਓ ਕੋਲ ਕੀ ਪੁੱਛਦੇ ਸੀਗੇ ਕਿ ਅਸੀਂ ਮਾਪਿਓ ਕੋਲ ਇਹ ਪੁੱਛਦੇ ਸੀ ਵੀ ਅਸੀਂ ਵਾਪਸ ਜਾਵਾਂਗੇ ਉਹ ਕਹਿੰਦੇ ਕੋਈ ਨਹੀਂ ਜਾਵਾਂਗੇ ਕੁਝ ਦਿਨ ਲੱਗਣਗੇ ਫਿਰ ਸਾਨੂੰ ਉਥੋਂ ਅਫਸਰ ਸੀ ਹਾਜੀ ਉਹ ਕਹਿੰਦਾ ਕੋਈ ਅੱਲਾਹ ਤਾਲਾ ਤੁਹਾਨੂੰ ਵਾਪਸ ਲੈ ਜਾਵੇ ਕੋਈ ਵੀ ਕਿਸੇ ਗੁਰੂ ਨੂੰ ਮੰਨਦੇ ਹੋ ਤੁਸੀਂ ਉਹਦਾ ਪਾਠ ਪੂਜਾ ਕੀਤੀ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਵਾਪਸ ਲੈ ਜਾਏਗਾ ਕਿੰਨੇ ਲੋਕ ਸੀਗੇ ਜਿਹੜੇ ਬੰਦੀ ਬਣਾਏ ਗਏ ਸੀ ਤਕਰੀਬਨ 400 ਹੋਏਗਾ ਸੀ ਲਗਭਗ ਪਿੰਡ ਕਿੰਨੇ ਸੀਗੇ 12 10 12 ਪਿੰਡ ਸੀ ਹਾਂ ਕਿ ਉਮੀਦ ਹੈਗੀ ਸੀ ਕਿ ਵਾਪਸੀ ਤੇ ਆ ਵਾਪਸ ਸਾਨੂੰ ਤਾਂ ਅਸੀਂ ਛੋਟੇ ਸੀ ਸਾਨੂੰ ਤਾਂ ਨਹੀਂ ਸੀ ਪਰ ਬਜ਼ੁਰਗ ਕਹਿੰਦੇ ਸੀ ਕੋਈ ਨਹੀਂ ਵਾਪਸ ਚੱਲਾਂਗੇ ਕੁਝ ਦਿਨ ਲੱਗਣਗੇ ਤੇ ਚਲੋ ਇੰਦਰਾ ਗਾਂਧੀ ਦੇ ਧੰਨਵਾਦ ਹੈ ਜਿਨੇ ਸਾਨੂੰ ਵਾਪਸ ਕਰਵਾਇਆ ਹੋਰ ਸਨ ਜਦੋਂ ਹੈ ਕਿਸ ਤਰ੍ਹਾਂ ਦੇ ਲਾ ਸ ਸੀ ਬਹੁਤ ਉਜਾੜ ਸੀ ਇੱਥੇ ਜੀ ਕੋਈ ਮਕਾਨ ਨਹੀਂ ਸੀ ਕੋਈ ਕੁਛ ਨਹੀਂ ਸਾਰਾ ਜੰਗਲ ਬਣਿਆ ਹੋਇਆ ਸੀ ਹਾਂ ਫੌਜ ਇੱਥੇ ਆ ਗਈ ਸੀ ਤੇ ਉਸ ਤੋਂ ਬਾਅਦ ਫਿਰ ਸਾਨੂੰ ਅਸੀਂ ਜਦੋਂ ਵਾਪਸੀ ਆਏ ਸਾਨੂੰ ਇੱਥੇ ਆਪਦੇ ਇਟਾ ਮਟਾ ਕੱਚੇ ਬਣਾ ਕੇ ਮਕਾਨ ਬਣਾਏ ਖੜੇ ਕੀਤੇ ਕਦੋਂ ਲੱਗੀ ਸੀ ਕਿੰਨਾ ਟਾਈਮ ਚੱਲ ਗਿਆ ਤਕਰੀਬਨ ਸਨ 8 ਹੈ ਇਹਨਾਂ ਪਰਿਆ 10 ਦਸੰਬਰ 1979 ਨੂੰ ਲੱਗੀ ਸੀ ਤੇ ਵਾਪਸੀ ਸਾਡੇ 10 ਮਹੀਨਾ ਪਿੱਛੋਂ ਆਏ ਸੀ ਪਾਕਿਸਤਾਨ ਤੋਂ ਬਗਬੜ ਤੋਂ ਵਾਪਸੀ ਕੀਤਾ ਸਾਨੂੰ 400 ਸੀ ਹਾਂਜੀ ਤੇਰੇ ਇਲਾਕੇ ਫਿਰ ਇੱਥੇ ਫਿਰ ਬਸੋ ਕੀਤੀ ਕਿੰਨੀ ਮਿਹਨਤ ਕਰਨੀ ਪਈ ਇੱਥੇ ਬਹੁਤ ਸਾਰੀ ਮਿਹਨਤ ਕਰਨੀ ਪਈ ਸਰ ਬਈ ਅਸੀਂ ਪਹਿਲਾਂ ਇਟਾ ਉਟਾ ਬਣਾਈਆਂ ਕੱਚੇ ਹੁੰਦੇ ਕੱਚੇ ਇਮਕਾਨ ਬਣਦੇ ਸੀ ਕੋ ਛੱਪਰ ਬਣਾ ਕੇ ਹੁਣ ਕੀ ਮੰਨਦੇ ਅੰਦਰ ਆਂਦਾ ਤੇ ਇਲਾਕੇ ਦੇ ਅੰਦਰ ਉਸੇ ਇਲਾਕੇ ਦੇ ਅੰਦਰ ਉਸੇ ਘਰਾਂ ਦੇ ਅੰਦਰ ਬੈਠੇ ਜੋ ਬੰਦੀ ਕੀਤੇ ਗਏ ਸੀ ਮਤਲਬ ਹੁਣ ਜ਼ਮੀਨ ਤਾਂ ਛੱਡੀ ਨਹੀਂ ਜਾਂਦੀ ਬਈ ਛੱਡ ਕੇ ਹੁਣ ਕਿੱਥੇ ਜਾਈਏ ਰੋਟੀ ਦਾ ਮਸਲਾ ਹੈ ਬਈ ਚਲ ਕਿਲਾ ਦੋ ਕਿਲੇ ਆਂਦੀ ਮਤਲਬ ਦੇਖਭਾਲ ਕਰਕੇ ਆਮਦਨ ਉਠਾ ਕੇ ਆਪਦੀ ਮਿਹਨਤ ਕਰਦੇ ਪਏ ਆ ਜਿਆੜੀ ਦਫਾ ਵੀ ਕਾਰਨਵਿਦਾ ਹੈ ਤਾਂ ਦਾ ਟਾਈਮ ਪਾਸ ਕਰ ਰਹੇ ਆ ਜੀ ਇਹ ਬਿਲਕੁਲ ਜੀ ਇਹ ਜੰਗੀ ਜਿਹੜੀ ਕੈਦੀ ਸੀਗੇ 1971 ਦੀ ਜੰਗ ਦੇ ਜਿਹੜੇ ਬੰਦੀ بنائے ਗਏ ਸੀ ਇਹ ਉਹਨਾਂ ਦੀ ਦਾਸਤਾ ਨੇ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਇਸ ਦਰਦ ਨੂੰ ਅੰਡਾਇਆ 71 ਦੀ ਜੰਗ ਨੂੰ ਅੱਜ 59 ਵਰੇ ਹੋਣ ਤੋਂ ਬਾਅਦ ਵੀ ਜਿਹੜੇ ਇਹ ਦਰਦ ਦੇ ਅੱਜ ਵੀ ਇਹਨਾਂ ਦੇ ਮਨਾਂ ਦੇ ਅੰਦਰ ਜਿਹੜਾ ਦਰਦ ਜਿਹੜਾ ਮਹਿਸੂਸ ਕਰਦੇ ਨੇ ਅੱਜ ਵੀ ਜੇ ਹਾਲਾਤ ਭਾਰਤ ਪਾਕਿਸਤਾਨ ਦੇ ਬਦਲਦੇ ਨੇ ਜਾਂ ਤਣਾਹਪੂਰਨ ਹੁੰਦੇ ਨੇ ਤਾਂ ਇਹਨਾਂ ਦੇ ਮਨਾਂ ਦੇ ਅੰਦਰ ਡਰ ਜ਼ਰੂਰ ਪੈਦਾ ਹੁੰਦਾ ਹੈ ਕਿਉਂਕਿ ਇੱਕ ਸਮਾਂ ਸੀਗਾ ਜਦੋਂ ਇਸ ਇਲਾਕੇ ਦੇ ਅੰਦਰ ਵੱਡੀ ਜੰਗ ਜਿਹੜੀ ਹੈ ਲੜੀ ਗਈ ਦੋਨੋਂ ਮੁਲਕਾਂ ਦੇ ਅੰਦਰ ਪਰ ਕਹਿ ਸਕਦੇ ਆ ਕਿ ਭਾਰਤੀ ਫੌਜਾਂ ਨੇ ਜਿਹੜਾ ਆਪਣਾ ਦਮਖੰਮ ਦਿਖਾਉਂਦਿਆ ਹੋਇਆ ਇਸ ਜਿੱਥੇ ਇਸ ਇਲਾਕੇ ਦੇ ਅੰਦਰ ਪਾਕਿਸਤਾਨ ਜਿਹੜੇ ਰੇਂਜਰਾਂ ਨੂੰ ਜਿਹੜਾ ਖਦੇੜਿਆ ਉੱਥੇ ਹੀ ਆਪਣੇ ਕਈ ਇਹ ਕੀਮਤੀ ਜਾਨਾਂ ਨੂੰ ਵੀ ਜਿਹੜਾ ਬਚਾਇਆ ਗਿਆ ਪ੍ਰਦੀਪ ਕੁਮਾਰ న్యూਸ 18 ਪਿੰਡ ਬਖੂਸ਼ਾ ਫਾਜ਼ਿਲਕਾ